ਫਰੈਂਡਸ ਆਪਜੀਤਾ ਹੈਲੋ ਫਰੈਂਡਸ ਆਪਜੀਤਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਹੋਰ ਲੇਟੈਸਟ ਅਪਡੇਟ ਲੈ ਕੇ ਆਏ ਹਾਂ ਜੋ ਹੈ ਕਿ ਸਕੂਲਸ ਦੀ ਓਪਨਿੰਗ ਦੇ ਰਿਗਾਰਡਿੰਗ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੇ ਸਕੂਲਸ ਉਹ ਖੁੱਲ ਗਏ ਸੀ ਅਤੇ ਉਹਦੀ ਜਿਹੜੀ ਪਰਮਿਸ਼ਨ ਸੀ ਉਹ ਗਵਰਨਮੈਂਟ ਨੇ ਦੇ ਦਿੱਤੀ ਸੀ ਹੁਣ ਜਿਹੜੀ ਨੈਕਸਟ ਪਰਮਿਸ਼ਨ ਆਈ ਹੈ ਉਹ ਆਈ ਹੈ ਜੀ 3rd ਅਤੇ 4th ਉਸ ਤੋਂ ਬਾਅਦ 1st ਕਲਾਸ ਅਤੇ 2nd ਕਲਾਸ ਤੁਸੀਂ ਦੇਖ ਵੀ ਸਕਦੇ ਹੋ ਤੀਜੀ ਤੇ ਚੌਥੀ ਕਲਾਸ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਲਈ 1 ਫਰਵਰੀ ਤੋਂ ਖੋਲੇ ਜਾਣਗੇ ਸਕੂਲ ਤਾਂ નીચે ਦੇਖਦੇ ਹਾਂ ਜੀ ਰੀਡਿੰਗ ਇਨ ਸੌਨ ਆ ਦੇਖੋ ਜੀ ਪੰਜਾਬੀ ਵੀ ਚਲੋ ਪੜਦੇ ਆ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਆ ਰਹੀ ਲਗਾਤਾਰ ਮੰਗ ਦੇ ਮੰਦੇ ਨਜ਼ਰ ਪੰਜਾਬ ਦੇ ਪ੍ਰਾਇਮਰੀ ਕਲਾਸਾਂ ਲਈ 27 ਜਨਵਰੀ ਤੋਂ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲ ਖੋਲਣ ਦੀ ਸ਼ਰਤਾਂ ਸਹਿਤ ਠੀਕ ਹੈ ਜੀ ਪ੍ਰਬੰਧਕੀ ਤੇ ਦਿੱਤੀ ਹੈ ਮਿੰਟੂ ਸੇ 올ਓਵਰ ਸਾਰੇ ਸਕੂਲ ਨੇ ਗਵਰਨਮੈਂਟ ਪ੍ਰਾਈਵੇਟ ਐਡਿਟਡ ਨੇਡਿਟਡ ਸੋ ਇੱਥੇ ਐਜੂਕੇਸ਼ਨ ਮਿਸਟਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਾਅਦ ਤੀਜੀ ਤੇ ਚੌਥੀ ਕਲਾਸ ਲਈ ਸਕੂਲ 27 ਜਨਵਰੀ ਤੋਂ ਖੁੱਲਣਗੇ ਅਤੇ ਇਸ ਤੋਂ ਬਾਅਦ 1 ਫਰਵਰੀ ਤੋਂ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀ ਲਈ ਸਕੂਲ ਚ ਕਲਾਸਾਂ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਕੂਲ ਖੁੱਲਣ ਤੇ ਬੰਦ ਹੋਣ ਦਾ ਸਮੇਂ ਪਹਿਲਾ ਵਾਂਗ ਠੀਕ ਹੈ ਜੀ ਉਹੀ ਟਾਈਮ ਰਹੂਗਾ 10:00 ਤੋਂ 3 ਵਜੇ ਤੱਕ ਅਤੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਲਿਖਤੀ ਸਹਿਮਤੀ ਵੀ ਦੇਣੀ ਹੋਵੇਗੀ ਸੋ ਪੇਰੈਂਟਸ ਨੂੰ ਇੱਕ ਕੰਸਰਨ ਲੈਟਰ ਸਾਈਨ ਕਰਨਾ ਹੋਵੇਗਾ ਜੋ ਦੱਸਿਆ ਹੋਇਆ ਇੱਥੇ ਸੋ ਅੱਗੇ ਪੜ੍ਹਦੇ ਹਾਂ ਜੀ ਕੀ ਦੱਸਿਆ ਹੋਇਆ ਸ਼੍ਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਵਿਭਾਗ ਦੇ ਅਧਿਆਪਕਾਂ ਠੀਕ ਹੈ ਜੀ ਅਧਿਕਾਰੀਆਂ ਸੌਰੀ ਨਾ ਅਧਿਆਪਕਾਂ ਅਧਿਕਾਰੀਆਂ ਤੇ ਹੋਰਨਾ ਸਕੂਲਾਂ ਪ੍ਰਬੰਧਕਾਂ ਨੂੰ ਸਕੂਲ ਖੋਲਣ ਤੋਂ ਪਹਿਲਾਂ ਇਮਾਰਤਾਂ ਦੀ ਪੂਰੀ ਸਫਾਈ ਸਹੀ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਕਰੋਨਾ ਵਾਇਰਸ ਸੰਬੰਧੀ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਹੈ। ਸ਼੍ਰੀ ਸਿੰਘਲਾਰੇ ਨੇ ਦੱਸਿਆ ਕਿ ਸਕੂਲ ਖੋਲਣ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਲਦ ਹੀ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਜਾਰੀ ਕਰ ਦਿੱਤੀਆਂ ਜਾਣਗੀਆਂ। ਸੋਹੀ ਹੈ ਜੇ ਸਕੂਲ ਤਾਂ ਚਲੋ ਸਾਡੇ ਖੋਲ ਹੀ ਰਹੇ ਨੇ। ਬਟ ਤੁਹਾਨੂੰ ਪਤਾ ਹੈ ਕੋਵਿਡ ਹਲੇ ਖਤਮ ਨਹੀਂ ਹੋਇਆ ਸੋ ਜਿੰਨੇ ਵੀ ਹੈਡ ਆਫ ਦ ਇੰਸਟੀਟਿਊਸ਼ਨ ਹੈ ਸਾਰਿਆਂ ਨੂੰ ਗਾਈਡਲਾਈਨ ਦੇ ਦਿੱਤੀਆਂ ਜਾਣਗੀਆਂ ਕਿ ਪੂਰੀ ਉੱਥੇ ਉਹਨਾਂ ਨੇ ਪ੍ਰੀਕੌਸ਼ਨਸ ਫਾਲੋ ਕਰਨੀਆਂ ਬਾਕੀ ਬੱਚਿਆਂ ਲਈ ਕਾਫੀ ਗੁੱਡ ਨਿਊਜ਼ ਹੈ ਠੀਕ ਹੈ ਜੀ ਸੋ ਬੱਚਿਆਂ ਨੂੰ ਕਾਫੀ ਟੈਨਸ਼ਨ ਵੀ ਹੋ ਗਈ ਹੋਣੀ ਬਿਕਾਜ਼ ਨੇ ਟਾਈਮ ਦੇ ਬੱਚੇ ਘਰ ਬੈਠੇ ਆ ਤਾਂ ਸਕੂਲ 올ਓਵਰ ਖੋਲੀ ਗਿਆ ਲਪਕ ਤਾਂ ਬਾਕੀ ਸਟੂਡੈਂਟ ਨੂੰ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਸ ਬਾਕੀ ਹੁਣ ਤੁਸੀਂ ਆਪਣੇ ਸਮਾਨ ਸਨ ਤਿਆਰ ਕਰ ਲਓ ਜੀ ਸਕੂਲ ਤੁਹਾਡੇ ਖੁੱਲਣ ਲੱਗੇ ਤਾਂ ਬਾਕੀ ਜੋ ਵੀ ਪ੍ਰਕੌਸ਼ਨਸ ਵੈਰਾ ਬਸ ਤੁਸੀਂ ਉਹੀ ਫੋਲੋ ਕਰਿਓ ਮਾਸਕ ਵੈਰਾ ਸੈਨੀਟਾਈਜ਼ਰ ਵੈਰਾ ਬਾਕੀ ਸਾਰੀਆਂ ਤੁਹਾਨੂੰ ਗਾਈਡਲਾਈਨਸ ਪਤਾ ਹੈ ਬਾਕੀ ਜ਼ਿਲ੍ਹੇ ਤੱਕ ਕੰਸਰਨ ਲੈਟਰ ਨਹੀਂ ਤੁਸੀਂ ਸਾਈਨ ਕਰਦਾ ਯਸ ਨੋ ਉਹਦੇ ਵਿੱਚ ਤੁਸੀਂ ਦੱਸਣਾ ਉਸ ਅਕੋਰਡਿੰਗ ਸਕੂਲ ਤੋਂ ਤੁਹਾਨੂੰ ਪਰਮਿਸ਼ਨ ਮਿਲ ਜਾਣੀ ਹੈ ਦੈਨ ਤੁਸੀਂ ਸਕੂਲ ਜਾ ਸਕਦੇ ਹੋ ਜੀ ਸੋ ਫਰੈਂਡਸ ਵੀਡੀਓ ਅੱਛੀ ਲੱਗੀ ਹੋ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਨੀਡੀ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੈਟ ਉਹਨਾਂ ਤੱਕ ਵੀ ਹੈ ਇੰਪੋਰਟੈਂਟ ਇਨਫੋਰਮੇਸ਼ਨ ਪਹੁੰਚ ਸਕੇ So thank you friends for watching this video and for your valuable time.